ਇਸ ਸ਼ਖਸ ਨੇ 15 ਅਗਸਤ 1947 ਦੀ ਗਵੰਡ ਜਿਹੜੀ ਹੈ ਆਪਣੀਆਂ ਅੱਖਾਂ ਨਾਲ ਵੇਖੀ ਤੇ ਕਹਿੰਦੇ ਕਿ ਮੈਂ ਤੇ ਪਹਿਲਾਂ ਹੀ ਮਾਪਿਆਂ ਨੂੰ ਕਹਿ ਦਿੱਤਾ ਸੀ ਕਿ ਬਿਸਤਰੇ ਬੰਨ ਲਵੋ, ਹੁਣ ਮਾਹੌਲ ਖਰਾਬ ਹੋਣ ਵਾਲਾ। ਪੈਲੀ ਸਾਡੇ ਕੋਲ ਸੀ, ਆਣ ਪਾਣੀ ਰੱਬ ਦੀ ਮਿਹਰ ਸੀ, ਬਾਬਾ ਸ਼ਾਹੂਕਾਰਾ ਕਰਦਾ ਹੁੰਦਾ ਸੀ, ਪੈਸੇ ਵੀ ਹੈ ਸਨ। ਜਦੋਂ ਫਿਰ ਉਧਰੋਂ ਘਰ ਬਾਰ ਛੱਡਣਾ ਪਿਆ ਤੇ ਸਾਰੀ ਜ਼ਮੀਨ ਦਾ ਤੇ ਛੱਡ ਆਏ, ਇਸ ਗੱਲ ਦਾ ਮੇਰੇ ਮਨ ਦੇ ਵਿੱਚ ਕੋਈ ਦਾਗ ਨਹੀਂ ਸੀ। ਮੈਂ ਕਿਹਾ ਜਾਣ ਹੈ ਤਾਂ ਜਹਾਨ ਆਪ, ਜਿੱਥੇ ਜਾਵਾਂਗੇ ਫਿਰ ਬਣ ਜਾਏਗਾ। ਸਾਡੇ ਪਿਓ ਦੇ ਮਨ 'ਚ ਵੀ ਇਹੋ ਸੀ। ਔਖਾ ਸੀ ਸਮਾਂ 47 ਦਾ? 47 ਦਾ ਉਹ ਬੜਾ ਔਖਾ ਸੀ, ਉਹ ਸਮਾਂ ਬੜਾ ਔਖਾ ਸਾਰਿਆਂ 'ਤੇ ਸੀ, ਇੱਧਰ ਮੁਸਲਮਾਨਾਂ 'ਤੇ ਵੀ, ਉੱਧਰ ਉਹਨਾਂ ਦੇ ਸਾਰਿਆਂ 'ਤੇ, ਸਭ ਦੁਨੀਆਂ ਦੇ ਉੱਤੇ ਮੱਚ ਗਿਆ ਸੀ। ਅੱਜ ਤੁਹਾਨੂੰ ਉਸ ਸ਼ਖਸ ਨਾਲ ਮਿਲਾਵਾਂਗੇ ਜਿਸ ਦੀ ਉਮਰ ਤਾਂ 94-95 ਸਾਲ ਹੈ, ਪਰ ਨੌਜਵਾਨਾਂ ਨਾਲੋਂ ਵੀ ਤੰਦਰੁਸਤੀ ਜ਼ਿਆਦਾ ਹੈ। ਪਰ ਜੇ ਗੱਲ ਕੀਤੀ ਜਾਵੇ 15 ਅਗਸਤ 1947 ਦੀ, ਤਾਂ ਇਸ ਸ਼ਖਸ ਨੇ 15 ਅਗਸਤ 1947 ਦੀ ਗਵੰਡ ਜਿਹੜੀ ਹੈ ਆਪਣੀਆਂ ਅੱਖਾਂ ਨਾਲ ਵੇਖੀ ਤੇ ਕਹਿੰਦੇ ਕਿ ਮੈਂ ਤਾਂ ਪਹਿਲਾਂ ਹੀ ਮਾਪਿਆਂ ਨੂੰ ਕਹਿ ਦਿੱਤਾ ਸੀ ਕਿ ਬਿਸਤਰੇ ਬੰਨ ਲਵੋ, ਹੁਣ ਮਾਹੌਲ ਖਰਾਬ ਹੋਣ ਵਾਲਾ। ਗੱਲਬਾਤ ਕਰ ਲਾਂਗੇ ਸਾਡੇ ਨਾਲ ਉਹ ਬਜ਼ੁਰਗ ਬੈਠੇ ਨੇ ਜਿਨ੍ਹਾਂ ਦੀ ਉਮਰ ਕਰੀਬ 95 ਸਾਲ। ਪਾਪਾ ਜੀ ਕੀ ਨਾਂ ਜੀ? ਪੂਰਨ ਚੰਦ। ਕਹਿੰਦੇ ਕਿ ਤੁਸੀਂ ਤਾਂ ਪਹਿਲਾਂ ਹੀ ਆਪਣੇ ਪਿੰਡ 'ਚ ਜਾਂ ਕਹਿਣ ਲੱਗ ਪਏ ਸੀ ਤੁਸੀਂ ਵੀ? ਪੜ੍ਹਦੇ ਹੁੰਦੇ ਹਾਂ ਜਦੋਂ, ਉਦੋਂ ਸਾਰੀਆਂ ਗੱਲਾਂ ਹਿੰਦੂ ਮੁਸਲਮਾਨ ਜਾਂ ਕਸਲਾਮ ਜੀ ਹੁੰਦੀ ਸੀ, ਮੈਂ ਲਾਹੌਰ ਅੰਮ੍ਰਿਤਸਰ ਕਰਾਂਚੀ ਜਾਂਦਾ ਉੱਧਰ, ਆਹੋ ਉਹ ਫਿਰ ਗੱਲਾਂ ਸੁਣ ਸੁਣ ਕੇ ਤੇ ਮੈਂ ਕੀ ਸੁਣਦੇ ਹੁੰਦੇ ਸੀ ਉਦੋਂ? ਉਹ ਫਲਾਣੇ ਸਾਹਿਬ ਇੰਨੇ ਬੰਦੇ ਮਾਰ ਦਿੱਤੇ ਨੇ, ਉੱਥੇ ਅੱਗ ਲਾ ਦਿੱਤੀ ਆ, ਇਹੋ ਜਿਹੀਆਂ ਗੱਲਾਂ। ਕਤਲੇਆਮ ਕਿੰਨਾ ਚਿਰ ਪਹਿਲਾਂ ਸ਼ੁਰੂ ਹੋ ਗਿਆ ਸੀ? ਕਤਲੇਆਮ ਐਵੇਂ ਰੌਲਾ ਗੌਲਾ ਹੀ ਸੀ, ਪਰ ਕਤਲੇਆਮ ਤਾਂ ਉਦੋਂ ਬਹੁਤੀ ਸ਼ੁਰੂ ਹੋਈ ਸੀ ਜਦੋਂ ਝੰਡਾ ਬਾਬਿਆਂ ਨੂੰ ਵੱਢਿਆ ਸੀ ਤਾਰਾ ਸਿੰਘ ਮਾਸਟਰ ਨੇ, ਫਿਰ ਉਹ ਹਿੰਦੂਆਂ ਦੀ ਬਜਾਏ ਸਿੱਖਾਂ ਦੇ ਉੱਤੇ ਉਲਟ ਪੈ ਗਿਆ ਕੰਮ, ਸਿੱਖਾਂ ਨਾਲ ਵੱਢਿਆ, ਫੜ ਲਓ ਫੜ ਲਓ, ਅਤੇ ਸਿੱਖਾਂ ਨੂੰ ਮਾਰਦੇ ਸਨ, ਹਿੰਦੂਆਂ ਨੂੰ ਵੀ ਮਾਰਦੇ ਸਨ, ਪਰ ਸਿੱਖਾਂ ਨੂੰ ਬਹੁਤਾ ਮਾਰਦੇ। ਤੁਹਾਡੀ ਕਿੰਨੀ ਉਮਰ ਸੀ ਉਦੋਂ? ਤੁਸੀਂ ਵੀ ਗਏ ਦੰਗਿਆਂ 'ਚ ਲੜਨ? ਨਾ ਸਰ, ਮੈਂ ਇਸੇ ਤਰ੍ਹਾਂ ਰਾਮ ਰਾਮ ਹੀ ਕਰਦਾ ਰਿਹਾ, ਸਾਨੂੰ ਕੀ ਲੋੜ ਆ? ਤੁਹਾਡੇ ਨਾਲ ਕੋਈ ਲੜਨਾ ਹੈ? ਨਾ, ਮੈਂ ਮਰਦਾ ਵੀ ਨਹੀਂ ਵੇਖਿਆ, ਮਰਦਾ ਵੀ ਮਾਰਦਾ ਵੀ ਨਹੀਂ ਵੇਖਿਆ, ਕਿਸੇ ਨਾਲ ਨਹੀਂ, ਕਿਸੇ ਨਾਲ ਕੋਈ ਚੰਗੀ ਨਹੀਂ ਮਾੜੀ, ਅੱਖੀਆਂ ਨਾਲ ਨਹੀਂ ਮੈਂ ਵੇਖਿਆ ਕਿ ਫਲਾਣੇ ਨੂੰ ਮਾਰ ਦਿੱਤਾ ਬਸ। ਅਤੇ ਉਸ ਸਮੇਂ ਮਾਪਿਆਂ 'ਚ ਕੌਣ ਕੰਮ ਕਰਦਾ ਸੀ ਅਤੇ ਕੀ ਕੰਮ ਕਰਦੇ? ਉਹ ਪੈਲੀ ਸਾਡੇ ਕੋਲ ਸੀ, ਆਣ ਪਾਣੀ ਰੱਬ ਦੀ ਮਿਹਰ ਸੀ, ਬਾਬਾ ਸ਼ਾਹੂਕਾਰਾ ਕਰਦਾ ਹੁੰਦਾ ਸੀ, ਪੈਸੇ ਵੀ ਹੈ ਸਨ, ਅਤੇ ਮੈਂ ਤਾਂ ਪੜ੍ਹ ਪੁੜ ਪੜ ਕੇ ਅਤੇ ਬਸ ਇਹਨਾਂ ਨਾਲ ਹੱਥ ਛੱਡ ਪਾਉਂਦਾ ਸਾਂ, ਹੋਰ ਕੀ ਕਰਨਾ। ਅਤੇ ਜਦੋਂ ਫਿਰ ਉੱਧਰੋਂ ਘਰ ਬਾਰ ਛੱਡਣਾ ਪਿਆ ਤਾਂ ਸਾਰੀ ਜ਼ਮੀਨ ਦਾ ਤਾਂ ਛੱਡ ਆਏ, ਇਸ ਗੱਲ ਦਾ ਮੇਰੇ ਮਨ ਦੇ ਵਿੱਚ ਕੋਈ ਦਾਗ ਨਹੀਂ ਸੀ। ਮੈਂ ਕਿਹਾ ਜਾਣ ਹੈ ਤਾਂ ਜਹਾਨ ਹੈ, ਆਪੇ ਜਿੱਥੇ ਜਾਵਾਂਗੇ ਫਿਰ ਬਣ ਜਾਏਗਾ। ਸਾਡੇ ਪਿਓ ਦੇ ਮਨ 'ਚ ਵੀ ਇਹੋ ਸੀ, ਬਈ ਇੱਥੇ ਕਈ ਚੀਜ਼ਾਂ ਛੱਡ ਕੇ ਸਭ ਕੁਛ ਜਾਣੀਆਂ, ਤਾਂ ਚਲੋ ਜਾਨ ਬਚ ਗਈ ਹੈ ਜੀਆਂ ਦੀ ਤਾਂ ਠੀਕ ਆ। ਇੱਧਰ ਆ ਕੇ ਫਿਰ ਕੀ ਕਾਰੋਬਾਰ ਸ਼ੁਰੂ ਕੀਤੇ? ਕਾਰੋਬਾਰ ਮੈਂ ਥੋੜ੍ਹੇ ਚਿਰ ਦੇ ਵਿੱਚ, ਫਿਰ ਮੈਂ ਕੱਪੜੇ ਦਾ ਕੰਮ ਕਰਦਾ ਸਾਂ, ਕੱਪੜਾ ਬਣਾਉਣ ਦਾ, ਅਤੇ ਮੇਰੇ ਆਹੋ ਛੋਟੀਆਂ ਵੀ ਅਤੇ ਵੱਡੀਆਂ ਵੀ। ਉਹ ਮੈਂ ਛੋਟਾ ਜਿਹੜਾ ਸੀ ਮੇਰੇ ਤੋਂ, ਮੈਂ ਉਹ ਮੇਰੇ ਨਾਲ ਤਕੜਾ ਸੀ, ਉਹ ਘਿਓ ਬੜਾ ਖਾਂਦਾ ਹੁੰਦਾ ਸੀ, ਉਹ ਸਾਰਿਆਂ ਨਾਲ ਤਕੜਾ ਸੀ। ਉਹਨੂੰ ਮੈਂ ਆਖਿਆ ਮੈਂ ਇਹ ਕੰਮ ਜੇ ਨਹੀਂ ਬਹਿਣਾ, ਇਹਦੇ 'ਚ ਭੁੱਖ ਹੀ ਹੈ ਮੇਰੀ। ਹੁਣ ਫਿਰ ਲੋਹੇ ਦਾ ਕੰਮ ਸਿੱਖਿਆ ਸੀ, ਬਨਿਆੜ ਮੇਲੋ ਨਹੀਂ ਆ ਇਕੱਲੇ ਨੇ ਬਣਾਈ ਸੀ। ਆਹੋ ਫਿਰ ਅੱਜ ਯਾਰ ਦੋਸਤ ਚੇਤੇ ਆਉਂਦੇ ਉੱਧਰ ਦੇ?
ਨਾ ਯਾਰ ਦੋਸਤ ਇਹੋ ਹੀ ਆ ਬਈ ਜਿਹੜੇ ਉਹ ਯਾਦ ਆਉਂਦੇ ਨੇ ਫਲਾਣਾ ਥਾਂ ਜਿੰਨਾ ਪੜ੍ਹਦਾ ਸੀ ਫਲਾਣਾ ਪੜ੍ਹਦਾ ਸੀ ਫਲਾਣਾ ਫਲਾਣਾ ਸੀ ਜਿਹੜੇ ਮੁਸਲਮਾਨ ਤਾਂ ਥਾਈ ਰਹਿ ਗਏ ਉਹਦੇ ਉੱਤੇ ਬਾਕੀ ਇੱਧਰ ਆ ਗਏ। ਜੇ ਵੰਡ ਨਾ ਹੁੰਦੀ ਤਾਂ ਕਿੱਦਾਂ ਦੇ ਹਾਲਾਤ ਹੋਣੇ ਸੀ? ਸਾਡਾ ਹਾਲਾਤ ਸਾਰਿਆਂ ਤੋਂ ਇੱਕ ਨੰਬਰ ਹੋਣਾ ਸੀ ਸਭ ਤੋਂ, ਆਹੋ ਸਭ ਤੋਂ ਇੱਕ ਨੰਬਰ ਹੋਣਾ ਸੀ। ਅੱਜ ਦੇ ਹਾਲਾਤ ਅਤੇ ਉਸ ਪੁਰਾਣੇ ਹਾਲਾਤਾਂ 'ਚ ਕਿੰਨਾ ਕੁ ਫਰਕ ਆ? ਬੜਾ, ਜਿਵੇਂ ਸਮਾਨ ਲਾ, ਗਰੀਬੀ ਇੰਨੀ ਸੀ ਲੋਕਾਂ ਨੂੰ ਰੋਟੀ ਨਹੀਂ ਵਸੂਲ ਹੁੰਦੀ। ਮਹਾਤਮਾ ਗਾਂਧੀ ਜਿਹੜਾ ਸੀ ਉਹ ਐਵੇਂ ਬੁੱਕਲ ਮਾਰ ਕੇ ਤੁਰ ਗਿਆ ਸੀ ਬਾਹਰ ਨੂੰ, 40% ਨੰਬਰ ਸਨ ਜੀ, ਕਾਲਜ ਦੇ ਵਿੱਚ ਦਾਖਲ ਹੀ ਨਹੀਂ ਸੀ ਹੋਇਆ। ਉਹ ਵੀ ਆਉਣੀਆਂ ਦੇ ਵਿੱਚ ਤੁਸੀਂ ਜਿਹੜੀ ਲਾਈ ਦੀ ਆ 40% ਵਾਲੇ ਨੂੰ ਕਾਲਜ ਵਾਲੇ ਨਹੀਂ ਦਾਖਲ ਕਰਦੇ, ਆਹੋ ਇਸ ਕਰਕੇ ਨਾ ਉਹ ਤੁਰ ਗਿਆ ਬੁੱਕਲ ਮਾਰ ਕੇ ਡਾਂਗ ਫੜ ਕੇ, ਇਹ ਜਿਹੜੇ ਆਹ ਕੱਖ ਨਹੀਂ ਬਾਹਰ ਦੇ ਮੁਲਕਾਂ 'ਚ ਦੱਸਦਾ ਮੇਰੇ ਆਹ ਕੱਖ ਨਹੀਂ, ਕੱਪੜਾ ਨਹੀਂ ਮਿਲਦਾ, ਰੋਟੀ ਨਹੀਂ ਮਿਲਦੀ, ਰੋਟੀ ਕੱਪੜਾ ਮਕਾਨ ਦਾ ਮਸਲਾ ਸਾਰਾ। ਵੇਖਿਆ ਅੱਜ ਤੁਸੀਂ ਪੁਰਾਣਾ ਸ਼ੌਕ ਹਾਲੇ ਵੀ ਰੱਖਿਆ ਤਾ, ਆ ਰੇਡੀਓ ਖੁੰਡੀ ਅਤੇ ਜਾਂ ਫਿਰ ਉਹ ਹੁੱਕਾ ਪੀਣਾ? ਉਹ ਗਿਆ ਹੁਣ ਤੰਬਾਕੂ ਮੇਰਾ ਪੀਣ ਵਾਲਾ ਵਿੱਚ ਫਰੀ ਆ ਅਤੇ ਤੰਬਾਕੂ ਵੀ ਫਰੀ ਆ ਅਤੇ ਰਾਮ ਰਾਮ ਕਰਦੇ ਰਹੀਦਾ, ਬਸ ਸਿਰਫ ਰਾਮ ਰਾਮ, ਹੋਰ ਕੁਛ ਨਹੀਂ। ਮੈਂ ਪਿੰਡ 'ਚ ਵੀ ਨਹੀਂ ਜਾਂਦਾ, ਨਾ ਕਿਸੇ ਕੋਲ ਬਹਿਣਾ ਨਹੀਂ, ਚੁਗਲੀ ਕਰਨੀ ਝਗੜਾ ਕਰਨਾ ਉਹ ਮੇਰੇ ਵਾਸਤੇ ਠੀਕ ਨਹੀਂ, ਮੈਂ ਨਹੀਂ ਜਾਂਦਾ। ਔਖਾ ਸੀ ਸਮਾਂ 47 ਦਾ? 47 ਦਾ ਉਹ ਬੜਾ ਔਖਾ ਸੀ, ਉਹ ਸਮਾਂ ਬੜਾ ਔਖਾ ਸਾਰਿਆਂ ਦੇ ਸੀ, ਇੱਧਰ ਮੁਸਲਮਾਨਾਂ ਦੇ ਵੀ ਉੱਧਰ ਉਹਨਾਂ ਦੇ ਸਾਰਿਆਂ ਦੇ ਸੀ, ਸਭ ਦੁਨੀਆਂ ਦੇ ਉੱਤੇ ਮੱਚ ਗਿਆ ਸੀ। ਬਜ਼ੁਰਗ ਨੇ ਅੱਖੇ ਦੇਖਿਆ ਹਾਲ ਵੀ ਦੱਸਦੇ ਨੇ, ਆਖਦੇ ਨੇ ਕਿ ਸਮਾਂ ਤਾਂ ਬੜਾ ਔਖਾ ਸੀ, ਪਰ ਜਿੱਥੇ ਆਮ ਲੋਕ 15 ਅਗਸਤ ਤੋਂ ਬਾਅਦ ਉੱਥੋਂ ਨਿਕਲੇ ਜਾਂ ਕੋਈ ਮਹੀਨੇ ਬਾਅਦ ਨਿਕਲਿਆ, ਪਰ ਇਹ ਜਨਵਰੀ ਮਹੀਨੇ ਦੀ 13 ਤਰੀਕ ਨੂੰ ਭਾਰਤ ਦੀ ਧਰਤੀ 'ਤੇ ਪਹੁੰਚੇ, ਕਹਿੰਦੇ ਕਿ ਹਾਲਾਤ ਬਹੁਤ ਮਾੜੇ ਸੀ ਅਤੇ ਸ਼ਾਹੂਕਾਰੀ ਛੱਡ ਕੇ ਆਏ ਸੀ, ਜ਼ਮੀਨ ਜਾਇਦਾਦ ਉੱਧਰ ਛੱਡ ਆਏ ਸੀ ਅਤੇ ਇੱਧਰ ਆ ਕੇ ਕੁਝ ਵੀ ਨਹੀਂ ਸੀ ਬਚਿਆ, ਪਰ ਫਿਰ ਕਹਿੰਦੇ ਮਿਹਨਤ ਮੁਸ਼ੱਕਤ ਕੀਤੀ ਔਰ ਮੁੜ ਆਪਣਾ ਪਰਿਵਾਰ ਚਲਾਉਣ ਲਈ ਸਾਰਾ ਕੁਝ ਇਕੱਠਾ ਕਰ ਲਿਆ। ਕੈਮਰਾਮੈਨ ਮੰਡੀ ਦੇ ਨਾਲ ਨਿਊਜ਼ 18 ਪੰਜਾਬ ਲਈ ਨਿਤਿਨ ਲੂਥਰਾ ਬਟਾਲਾ।